ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਸਾਰਾ ਆਲਮ ਕਹਿੰਦਾ ਬਾਬਲ ਹੁੰਦੀਆਂ ਬੇਪਰਵਾਹੀਆਂ ਰੱਬ ਯਾਦ ਨਹੀਂ ਰਹਿੰਦਾ ਸਾਸ਼ੀਕਾਲ ਤੁਸੀਂ ਵੇਖ ਰਹੇ ਹੋ ਆਈਵਲ ਟੀਵੀ ਤੇ ਮੈਂ ਸੁਖਦੀਪ ਕੌਰ ਅੱਜ ਅਸੀਂ ਅਜਿਹੇ ਰਿਸ਼ਤੇ ਬਾਰੇ ਗੱਲ ਕਰਾਂਗੇ ਜਿਹੜਾ ਜ਼ਿੰਦਗੀ ਦਾ ਆਧਾਰ ਹੈ ਮਾਂ ਨੂੰ ਤਾਂ ਇਸ ਦੁਨੀਆ ਵਿੱਚ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਮਾਂ ਦੀ ਮਮਤਾ ਦੀਆਂ ਦੁਨੀਆ ਅੰਦਰ ਕਈ ਮਿਸਾਲਾਂ ਮਿਲਦੀਆਂ ਨਹੀਂ ਪਰ ਇੱਕ ਅਜੀਹਾ ਰਿਸ਼ਤਾ ਵੀ ਏ ਜਿਹੜਾ ਬੱਚੇ ਦੀ ਹੋਂਦ ਤੋਂ ਹੀ ਉਸ ਨਾਲ ਜੁੜ ਜਾਂਦਾ ਏ ਉਹ ਰਿਸ਼ਤਾ ਹੈ ਬਾਪੂ ਦਾ ਰਿਸ਼ਤਾ ਇਸ ਰਿਸ਼ਤੇ ਨੂੰ ਤੁਸੀਂ ਪਿਤਾ ਬਾਪੂ ਪਾਪਾ ਡੈਡੀ ਅੱਬਾ ਜਾਂ ਕਿਸੇ ਵੀ ਜ਼ੁਬਾਨ ਵਿੱਚ ਕੁਝ ਵੀ ਕਹਿ ਲਵੋ ਇਸ ਰਿਸ਼ਤੇ ਦਾ ਨਿਗ ਇਸ ਰਿਸ਼ਤੇ ਦੀ ਮਿਠਾਸ ਉਹੀ ਰਹਿੰਦੀ ਏ ਦੁਨੀਆਂ ਦੇ ਹਰ ਮੁਲਕ ਵਿੱਚ ਦੁਨੀਆਂ ਦੀ ਹਰ ਭਾਸ਼ਾ ਵਿੱਚ ਪਿਤਾ ਦੀ ਪਰਭਾਸ਼ਾ ਇੱਕ ਹੀ ਹੈ ਪਿਤਾ ਉਹ ਛਾਂ ਹੈ ਜਿਹੜਾ ਬੱਚਿਆਂ ਨੂੰ ਕੜਕ ਦੀ ਧੁੱਪ ਤੋਂ ਬਚਾਉਂਦਾ ਏ ਤੇ ਜਦੋਂ ਇਹ ਛਾਂ ਖੁੱਸ ਜਾਂਦੀ ਏ ਤਾਂ ਬਚਪਨ ਦੁਨਿਆਦਾਰੀ ਦੇ ਸੇਕ ਵਿੱਚ ਝੁੱਲਸ ਜਾਂਦਾ ਏ ਪਿਤਾ ਉਹ ਚਾਨਣ ਏ ਜਿਸ ਦੀ ਸੇਧ ਵਿੱਚ ਬੱਚੇ ਅੱਗੇ ਵੱਧਦੇ ਨੇ ਤੇ ਜਦੋਂ ਇਹ ਚਾਨਣ 부ਝਦਾ ਏ ਤਾਂ ਨੇਰਿਆਂ ਵਿੱਚ ਬਚਪਨ ਗੁੰਮ ਹੋ ਜਾਂਦਾ ਏ ਬਾਬਲ ਉਹ ਸਹਾਰਾ ਏ ਜਿਸ ਦੀ ਓਟ ਲੈ ਕੇ ਬੱਚੇ ਤੁਰਨਾ ਸਿੱਖਦੇ ਨੇ ਤੇ ਜਦੋਂ ਇਹ ਉਂਗਲ ਛੁੱਟਦੀ ਏ ਤਾਂ ਬਚਪਨ ਰੇਂਗਣ ਲੱਗਦਾ ਏ ਬਾਬਲ ਉਹ ਡੋਰ ਏ ਜੋ ਪਰਿਵਾਰ ਨੂੰ ਜੋ ਬੱਚਿਆਂ ਨੂੰ ਮਜ਼ਬੂਤੀ ਨਾਲ ਬਨ ਕੇ ਰੱਖਦੀ ਏ ਤੇ ਜਦ ਇਹ ਡੋਰ ਖੁੱਲ ਜਾਂਦੀ ਏ ਤਾਂ ਤੀਲਾ ਤੀਲਾ ਕਰਕੇ ਸਭ ਖਿੰਡਰ ਜਾਂਦਾ ਏ ਬਾਬਲ ਉਹ ਨੀ ਹੈ ਜਿਸ ਨੂੰ ਆਧਾਰ ਬਣਾ ਕੇ ਬੱਚੇ ਸੁਪਨਿਆਂ ਦੇ ਮਹਿਲ ਉਸਾਰਦੇ ਨੇ ਤੇ ਜਦੋਂ ਇਹ ਨੀ ਹਿੱਲਦੀ ਏ ਤਾਂ ਬਚਪਨ ਤਾਂ ਕੀ ਸੁਪਨੇ ਵੀ ਮਰ ਜਾਂਦੇ ਨੇ ਬਾਬਲ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਹਰ ਪੜਾਅ ਵਿੱਚ ਬੱਚਿਆਂ ਲਈ ਰਹਿਬਰ ਹੈ ਰਹਿਨੁਮਾ ਹੈ ਇਸ ਲਈ ਬਾਬਲ ਦੀ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਜੋ अहमियत ਹੈ ਉਹ ਚਾਹੇ ਅਸੀਂ ਮਾਂ ਨੂੰ ਉੱਚਾ ਦਰਜਾ ਦਿੰਦੇ ਹਾਂ ਪਰ ਫਿਰ ਵੀ ਅਸੀਂ ਇਸ ਨੂੰ ਕੱਟ ਨਹੀਂ ਮਾਪ ਸਕਦੇ ਜਦ ਇੱਕ ਇਨਸਾਨ ਪਹਿਲੀ ਵਾਰ ਬਾਪ ਬਣਦਾ ਹੈ ਤਾਂ ਜਵਾਨੀ ਦੀਆਂ ਬੇਫਿਕਰੀਆਂ ਤੇ ਲਾਪਰਵਾਹੀਆਂ ਜ਼ਿੰਮੇਵਾਰੀ ਵਿੱਚ ਬਦਲ ਜਾਂਦੀਆਂ ਨੇ ਉਸੇ ਪਲ ਤੋਂ ਹੀ ਇੱਕ ਪਿਤਾ ਆਪਣੇ ਬੱਚੇ ਲਈ ਸਭ ਕੁਝ ਵਾਰਨ ਲੱਗਦਾ ਹੈ ਉਹ ਆਪਣੇ ਬੱਚੇ ਦੀ ਨਿੱਕੀ ਤੋਂ ਨਿੱਕੀ ਰੀਤ ਪੂਰੀ ਕਰਨ ਲਈ ਉਸਦੇ ਚਿਹਰੇ ਤੇ ਮੁਸਕਰਾਟ ਜਿੱਤਣ ਲਈ ਆਪਣੀ ਜ਼ਿੰਦਗੀ ਦੀ ਆਪਣੀ ਜਵਾਨੀ ਦੇ ਕਿੰਨੇ ਹੀ ਵਰੇ ਹਾਰ ਜਾਂਦਾ ਏ ਜਦ ਬੱਚਾ ਬਿਮਾਰ ਹੁੰਦਾ ਏ ਤਾਂ ਮਾਂ ਦੀ ਤੜਪ ਤੇ ਮਾਂ ਦਾ ਦੁੱਖ ਤਾਂ ਸਭ ਨੂੰ ਦਿਖਦਾ ਏ ਮਾਂ ਸਾਰੀ ਰਾਤ ਨਹੀਂ ਸੌਂਦੀ ਪਰ ਨੀਂਦ ਤਾਂ ਪਿਤਾ ਨੂੰ ਵੀ ਨਹੀਂ ਆਉਂਦੀ ਅੱਖਾਂ ਵਿੱਚ ਦਰਦ ਤਾਂ ਉਸਦੇ ਵੀ ਰੜਕਦਾ ਏ ਬਸ ਉਹ ਜਿਤਾਉਂਦਾ ਨਹੀਂ ਜੇਕਰ ਮਾਂ ਕਰਦੀ ਬਰਕਤ ਏ ਤਾਂ ਪਿਤਾ ਕਰਦਾ ਸਰਮਾਇਆ ਏ ਜਿਵੇਂ ਮਾਂ ਰੋਟੀਆਂ ਪਕਾਉਂਦੀ ਏ ਤਾਂ ਪਿਤਾ ਰੋਟੀਆਂ ਕਮਾਉਂਦਾ ਏ ਇਸ ਲਈ ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਖੁਦ ਖਰਚ ਹੋ ਜਾਂਦਾ ਏ ਤੇ ਜ਼ਾਹਰ ਵੀ ਨਹੀਂ ਕਰਦਾ ਮਾਂ ਤਾਂ ਆਪਣਾ ਦਿਲ ਖੋਲ ਲੈਂਦੀ ਏ ਪਰ ਪਿਤਾ ਚੁੱਪ ਦੇ ਜਿੰਦਰੇ ਮਾਰ ਸਭ ਕੁਝ ਆਪਣੇ ਅੰਦਰ ਹੀ ਸਮੇਟ ਨੀਲੇ ਅੰਬਰਾਂ ਵਾਂਗ ਫੈਲ ਜਾਂਦਾ ਏ ਮਾਂ ਜੰਨੀ ਏ ਤਾਂ ਪਿਤਾ ਪਹਿਚਾਨੇ ਮਾਂ ਤਰਤੀਏ ਤਾਂ ਪਿਤਾ ਆਸਮਾਨੀ ਪਿਤਾ ਉਹ ਮਸ਼ਾਲ ਹੁੰਦਾ ਏ ਜੋ ਖੁਦ ਬਲ ਕੇ ਬੱਚਿਆਂ ਨੂੰ ਰਾਹ ਵਿਖਾਉਂਦਾ ਏ ਜੇ ਮਾਂ ਤੁਰਨਾ ਸਿਖਾਉਂਦੀ ਏ ਤਾਂ ਪਿਤਾ ਪੈਰਾਂ ਤੇ ਖੜਨਾ ਸਿਖਾਉਂਦਾ ਏ ਪਿਤਾ ਉਹ ਬਾਸ਼ਾ ਹੁੰਦਾ ਏ ਜਿਸ ਦੇ ਹੁੰਦਿਆਂ ਬਾਜ਼ਾਰ ਦਾ ਹਰ ਖਡਾਉਣਾ ਆਪਣਾ ਲੱਗਦਾ ਏ ਪਿਤਾ ਉਸ ਪਲ ਸਭ ਤੋਂ ਅਮੀਰ ਜਾਪਦਾ ਏ ਜਦ ਜੇਬ ਖਾਲੀ ਹੋਣ ਦੇ ਬਾਵਜੂਦ ਬੱਚਿਆਂ ਦੀਆਂ ਰੀਜਾਂ ਪੂਰੀਆਂ ਕਰਨ ਦਾ ਚਾ ਉਸ ਅੰਦਰ ਹਮੇਸ਼ਾ ਰਹਿੰਦਾ ਏ ਆਪਣੇ ਬੱਚਿਆਂ ਲਈ ਪਿਤਾ ਇੱਕ ਹੀਰੋ ਹੁੰਦਾ ਏ ਪਿਤਾ ਉਸ ਚਟਾਨ ਵਾਂਗ ਜਿਹੜਾ ਅਡੋਲ ਰਹਿੰਦਾ ਏ ਸਭ ਕੁਝ ਸਹਾਰਦਾ ਏ ਪਰ ਆਪਣੀ ਜਗ੍ਹਾ ਤੋਂ ਨਹੀਂ ਥੜਕਦਾ ਕਿਉਂਕਿ ਉਸ ਨੂੰ ਪਤਾ ਏ ਜੇਕਰ ਉਸ ਦਾ ਵजूद ਹਿੱਲ ਗਿਆ ਤਾਂ ਪਰਿਵਾਰ ਦਾ ਹੌਸਲਾ ਢੇਰੀ ਹੋ ਜਾਣਾ ਏ ਉਹ ਉਸ ਛੱਤ ਵਾਂਗ ਹੁੰਦਾ ਏ ਜਿਹੜਾ ਨੇਰੀਆਂ ਝਖੜਾਂ ਤੋਂ ਆਪਣੇ ਪਰਿਵਾਰ ਨੂੰ ਬਚਾਉਂਦਾ ਏ ਪਿਤਾ ਆਪਣੀ ਔਲਾਦ ਲਈ ਸਭ ਕਰਦਾ ਏ ਅਕਸਰ ਹੀ ਜਦੋਂ ਬੱਚੇ ਵੱਡੇ ਹੁੰਦੇ ਨੇ ਤਾਂ ਉਹ ਇੰਨਾਂ ਚੀਜ਼ਾਂ ਦੀ ਐਮੀਅਤ ਨਹੀਂ ਸਮਝਦੇ ਕਹਿੰਦੇ ਨੇ ਨਾ ਇੱਕ ਪਿਤਾ ਹੋ ਕੇ ਹੀ ਉਸ ਚੀਜ਼ ਨੂੰ ਸਮਝਿਆ ਜਾ ਸਕਦਾ ਏ ਪਿਤਾ ਅਕਸਰ ਹੀ ਆਪਣੀ ਔਲਾਦ ਵਿੱਚ ਆਪਣੀ ਨਿਸ਼ਾਨੀ ਲੱਭਦਾ ਏ ਵੱਡੀ ਹੋ ਜਾਵੇ ਭਾਵੇਂ ਔਲਾਦ ਪਰ ਉਹ ਥੋੜੀ ਜਿਹੀ ਨਾਦਾਨੀ ਲੱਭਦਾ ਏ ਪਿਤਾ ਉਹ ਹੈ ਜੋ ਸਭ ਕਰਦਾ ਏ ਪਰ ਜਿਤਾਉਂਦਾ ਨਹੀਂ ਪਿਤਾ ਉਹ ਹੈ ਜੋ ਹਾਰਦਾ ਏ ਸਿਰਫ ਬੱਚੇ ਦੇ ਜਿੱਤਣ ਵਾਸਤੇ ਪਿਤਾ ਉਹ ਇਨਸਾਨ ਹੈ ਜੋ ਚਾਹੁੰਦਾ ਏ ਕਿ ਤੁਸੀਂ ਉਸ ਤੋਂ ਵੀ ਵੱਧ ਕਾਮਯਾਬ ਹੋਵੋ ਪਿਤਾ ਜ਼ਿੰਦਗੀ ਵਿੱਚ ਬੱਚਿਆਂ ਨੂੰ ਅੱਗੇ ਵਧਣਾ ਵੇਖਣਾ ਚਾਹੁੰਦਾ ਏ ਇਸ ਲਈ ਉਹ ਉਹਨਾਂ ਨੂੰ ਡਾਂਟਦਾ ਏ ਡਿੱਗਣ ਤੇ ਵਾਰ-ਵਾਰ ਉੱਠਣ ਲਈ ਕਹਿੰਦਾ ਏ ਉਹਨਾਂ ਨੂੰ ਹਰ ਪਲ ਮਜ਼ਬੂਤ ਬਣਨ ਲਈ ਕਹਿੰਦਾ ਏ ਕਿਉਂਕਿ ਉਹ ਡਰਦਾ ਏ ਕਿ ਜ਼ਿੰਦਗੀ ਵਿੱਚ ਜਿਹੜੀਆਂ ਥੁਰਾਂ ਜਾਂ ਜਿਹੜੀਆਂ ਕਮੀਆਂ ਉਸ ਦੇ ਹਿੱਸੇ ਆਈਆਂ ਉਹ ਉਸ ਦੇ ਬੱਚਿਆਂ ਦੇ ਹਿੱਸੇ ਨਾ ਹੋਣ ਉਹ ਆਪਣੇ ਬੱਚਿਆਂ ਨਾਲ ਸਖਤੀ ਕਰਦਾ ਏ ਇੱਕ কুমਿਹਾਰ ਜਦ ਘੜਾ ਬਣਾਉਂਦਾ ਏ ਤਾਂ ਉਹ ਘੜੇ ਨੂੰ ਸਹੀ ਸ਼ੇਪ ਦੇਣ ਲਈ ਉਸ ਨੂੰ ਖੂਬਸੂਰਤ ਤੇ ਮਜ਼ਬੂਤ ਬਣਾਉਣ ਲਈ ਬਾਰੀ ਤੌਰ ਤੇ ਥਾਪੜਦਾ ਏ ਕਈ ਸੱਟਾਂ ਮਾਰਦਾ ਏ ਪਿਤਾ ਵੀ ਇਸੇ ਤਰ੍ਹਾਂ ਆਪਣੇ ਬੱਚੇ ਦਾ ਭਵਿੱਖ ਨਿਖਾਰਦਾ ਏ ਕਿਉਂਕਿ ਜੇਕਰ ਪਿਤਾ ਸਖਤੀ ਨਹੀਂ ਕਰੇਗਾ ਤਾ ਬੱਚਾ ਕਦੀ ਉਸ ਮੁਕਾਮ ਤੇ ਨਹੀਂ ਪਹੁੰਚੇਗਾ ਜਿਸ ਤੇ ਪਹੁੰਚਣ ਯੋਗ ਪਿਤਾ ਨੇ ਉਸ ਨੂੰ ਬਣਾਇਆ ਹੈ ਬੜੀ ਬੇਫਿਕਰੀ ਤੇ ਬੇਪਰਵਾਹੀ ਹੁੰਦੀ ਏ ਜਦ ਪਿਤਾ ਦੀ ਉਂਗਲ ਹੱਥ ਫੜੀ ਹੁੰਦੀ ਏ ਬੱਚਿਆਂ ਦੀ ਅਸਲ ਦੌਲਤ ਪਿਤਾ ਦੀ ਵਸੀਅਤ ਨਹੀਂ ਹੁੰਦੀ ਉਹਨਾਂ ਦੀ ਅਸਲ ਦੌਲਤ ਉਸ ਦਾ ਸਾਇਆ ਤੇ ਉਸ ਦੀ ਹੋਂਦ ਹੁੰਦੀ ਏ ਪਿਤਾ ਦੇ ਹੋਣ ਦਾ ਅਹਿਸਾਸ ਨਹੀਂ ਹੁੰਦਾ ਪਰ ਉਸ ਦਿਨ ਨਾ ਹੋਣ ਦਾ ਅਹਿਸਾਸ ਬਹੁਤ ਜ਼ਿਆਦਾ ਹੁੰਦਾ ਏ। ਕੁਲਦੀਪ ਸਿੰਘ ਦੀਪ ਦੀਆਂ ਬਾਪ ਬਾਰੇ ਪਿਤਾ ਬਾਰੇ ਇਹ ਲਿਖੀਆਂ ਕੁਝ ਚੰਦ ਲਾਈਨਾਂ ਬੜੀਆਂ ਸਾਰਥਕ ਜਾਪਦੀਆਂ ਨੇ। ਉਹ ਲਿਖਦੇ ਨੇ ਮੰਨਿਆ ਮਾਂ ਬਹੁਤ ਮਹਾਨ ਹੁੰਦੀ ਏ। ਪਰ ਬਾਪ ਕਿਉਂ ਸਿਰਫ ਵਿਚਾਰਾ ਹੁੰਦਾ ਏ? ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਧਰਤੀ ਹੇਟਲਾ ਬਲਦ। ਹਰ ਪ੍ਰਕਾਰ ਦੀ ਸੰਵੇਦਨਾ ਤੋਂ ਪਰੇ ਨਿਰੋਲ ਸੰਵੇਦਨਹੀਨ ਜੋ ਨਾ ਕਿਸੇ ਸ਼ਾਇਰ ਨੂੰ ਚੰਗਾ ਲੱਗਦਾ ਨਾ ਫਨਕਾਰ ਨੂੰ ਨਾ ਚਿੱਤਰਕਾਰ ਨੂੰ ਤੇ ਨਾ ਹੀ ਕਿਸੇ ਫਿਲਾਸਫਰ ਨੂੰ ਇਥੋਂ ਤੱਕ ਕੇ ਕਿਸੇ ਬਾਪ ਨੇ ਵੀ ਇੱਕ ਬਾਪ ਲਈ ਅੱਜ ਤੱਕ ਹਾਂ ਦਾ ਨਾਰਾ ਨਹੀਂ ਮਾਰਿਆ ਬਾਪ ਨੂੰ ਤਾਂ ਸਿਰਫ ਕਾਗਜ਼ਾਂ ਵਿੱਚ ਹੀ ਮੋਹਰੇ ਰੱਖਿਆ ਜਾਂਦਾ ਏ ਤੇ ਕਵਿਤਾਵਾਂ ਵਿੱਚ ਸਿਰਫ ਮਾਂ ਹੀ ਮਾਂ ਹੁੰਦੀ ਹੈ